ਪਾਨਾ ਸਿੱਧੂ, ਸਾਡੇ ਵੀ ਉਹਦੇ ਨਾਲ ਲੱਖ ਮਤਭੇਦ ਹੋਣਗੇ, ਸਾਡੇ ਵੀ ਤੂੰ ਤੜਕ ਉਹਦੇ ਨਾਲ ਕਈ ਵਾਰੀ ਹੋਈ ਆ, ਉਹ ਗੱਲਾਂ ਵੱਖਰੀਆਂ ਨੇ। ਪਰ ਮੈਂ ਸਮਝਦਾ ਕਿ ਉਸ ਨੌਜਵਾਨ ਦੀ ਜਿਹੜੀ ਕੱਲ੍ਹ ਘਟਨਾ ਹੋਈ ਆ ਕਿ ਉਹਦੀਆਂ ਭੈਣਾਂ ਤੇ ਉਹਦੇ ਪਿਤਾ ਤੇ ਜਿਹੜਾ ਭਰਾ ਤੇ ਜਿਹੜਾ ਪਰਚਾ ਹੋਇਆ, ਇੱਕ ਲੜਕੀਆਂ ਤੇ ਪਰਚਾ ਕਰਨਾ, ਘਰੇ ਬੈਠੀਆਂ ਤੇ ਪਰਚਾ ਕਰਨਾ, ਇੱਕ ਬਜ਼ੁਰਗ ਬਾਪ ਤੇ ਪਰਚਾ ਕਰਨਾ, ਇਹਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਤੇ ਜਿੰਨੀ ਵੀ ਪਟਲਾਣ ਦੀ ਦੇਈ ਜਾਵੇ ਸਰਕਾਰ ਨੂੰ ਉਨੀ ਥੋੜੀ ਆ। ਜੇ ਕਿਸੇ ਨੇ ਕੋਈ, ਅਸੀਂ ਪਹਿਲਾਂ ਵੀ ਮੈਂ ਇੱਕ ਦਿਨ ਬੋਲਿਆ ਸੀ ਕਿ ਜੇ ਕਿਸੇ ਨੇ ਕੋਈ ਕੁਝ ਕਸੂਰ ਕੀਤਾ, ਜਮ ਜਮ ਪਰਚੇ ਕਰੋ, ਜਮ ਜਮ ਕਾਰਵਾਈਆਂ ਕਰੋ, ਕੋਈ ਨਹੀਂ ਰੋਕਦਾ। ਪਰ ਜਿਹੜੇ ਸਬੂਤ ਦੇ ਆਧਾਰ ਤੇ ਮੁੱਦੇ ਦੇ ਆਧਾਰ ਤੇ ਤੁਸੀਂ ਜੇ ਕਿਸੇ ਤੇ ਪਰਚਾ ਕਰਨਾ ਕਰੋ, ਜੇ ਕੋਈ ਕਸੂਰਵਾਦ ਹੈਗਾ ਕਾਨੂੰਨ ਦੇ ਮੁਤਾਬਕ ਉਹਦੇ ਜੋ ਕਾਰਵਾਈ ਬਣਦੀ ਹੈ ਕਰੋ, ਅਸੀਂ ਨਹੀਂ ਕਹਿੰਦੇ ਹੈਗੇ। ਪਰ ਇੱਕ ਪਰਿਵਾਰ ਨੂੰ ਤੰਗ ਕਰਨਾ, ਪਰਿਵਾਰ ਤੇ ਤਸ਼ੱਦਦ ਕਰਨਾ, ਇੱਕ ਜਾਣ ਬੁੱਝ ਕੇ ਕੁੜੀਆਂ ਤੇ ਜਿਹੜੀਆਂ ਸਾਡੀਆਂ ਭੈਣਾਂ ਤੇ ਉਹਨਾਂ ਦੇ ਪਰਚਾ ਕੀਤਾ, ਇਹਦੀ ਸਾਨੂੰ ਜਿਹੜੀ ਆ ਸਖ਼ਤ ਸ਼ਬਦਾਂ ਵਿੱਚ ਅਸੀਂ ਨਿਖੇਧੀ ਕਰਦੇ ਹਾਂ। ਤੇ ਅਸੀਂ ਯੂਥ ਅਕਾਲੀ ਦਲ ਵੱਲੋਂ ਅਸੀਂ ਇਹ ਚੇਤਾਵਨੀ ਵੀ ਦਿੰਦੇ ਹਾਂ ਕਿ ਜੇ ਸਾਨੂੰ ਇਸ ਮਾਮਲੇ ਵਿੱਚ ਸਾਨੂੰ ਵੀ ਸਿੱਧੇ ਰੂਪ ਦੇ ਵਿੱਚ ਆ ਕੇ ਝੰਡਾ ਚੱਕ ਕੇ ਮੂਹਰੇ ਹੋ ਕੇ ਖੜਨਾ ਪਿਆ, ਤਾਂ ਅਸੀਂ ਠੋਕ ਕੇ ਖੜਾਂਗੇ, ਕਿਉਂਕਿ ਧੀਆਂ ਭੈਣਾਂ ਸਾਰਿਆਂ ਦੇ ਸਾਂਝੀਆਂ ਨੇ। ਇਹ ਸਭ ਸਖ਼ਤ ਸ਼ਬਦਾਂ ਵਿੱਚ ਅਸੀਂ ਕਹਿ ਰਹੇ ਹਾਂ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਇਹ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ, ਕਿਸੇ ਨਾਲ ਮਤਭੇਦ ਲੱਖ ਹੋ ਸਕਦੇ ਨੇ, ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਬਜ਼ੁਰਗ ਮਾਤਾ ਕਿਸੇ ਦੇ, ਬਜ਼ੁਰਗ ਮਾਂ ਬਾਪ ਤੇ ਧੀਆਂ ਭੈਣਾਂ ਤੇ ਜੇ ਅੱਜ ਸਰਕਾਰ ਇੱਥੇ ਤੱਕ ਆ ਗਈ, ਤਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਇਹ ਪੰਜਾਬ ਬਚਾਓ ਯਾਤਰਾ ਕੱਢਣ ਦੀ ਲੋੜ ਪਈ ਆ। ਤੇ ਮੈਂ ਇਹ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਮੇਰੇ ਵੀਰੋ, ਬਥੇਰੀ ਆਪਾਂ ਕ੍ਰਾਂਤੀ ਆਪਾਂ ਬਦਲਾਅ ਲਿਆ ਕੇ ਅੱਜ ਇਹੋ ਜਿਹੀ ਦਿੱਲੀ ਵਾਲੀ ਜਿਹੜੀ ਝੰਡਾ ਝਾੜੂ ਸਰਕਾਰ ਕੇਜਰੀਵਾਲ ਦੀ, ਭਗਵੰਤ ਮਾਨ ਦੀ ਰਾਘਵ ਚੱਡੀ ਨਿਕੰਮੀ ਸਰਕਾਰ ਲਿਆਂਦੀ ਆ, ਇਹ ਇਹਦੇ ਨਤੀਜੇ ਨੇ ਕਿ ਅੱਜ ਧੀਆਂ ਭੈਣਾਂ ਤੱਕ ਪਰਚੇ ਹੋ ਰਹੇ ਨੇ। ਇਸ ਲਈ ਪੰਜਾਬੀਆਂ ਦੀ, ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ, ਤਕੜਾ ਹੋ ਕੇ ਝੰਡਾ ਚੱਕ ਕੇ ਚੱਲੀਏ, ਜਿਵੇਂ ਹਰ ਵਰਗ ਨਾਲ ਤੁਰ ਰਿਹਾ, ਕਿਉਂਕਿ ਸਾਰੇ ਸਮਝ ਚੁੱਕੇ ਨੇ। ਕਿਉਂ ਦੇਖੋ ਬੋਲਦੇ ਵੀ ਨੇ, ਤੁਸੀਂ ਉਹ ਇੱਕ ਲੜਕੀ ਨਵਜੋਤ ਕੌਰ ਲੰਬੀ ਆ, ਉਹਦਾ ਬਿਆਨ ਵੀ ਸੁਣਿਆ ਹੋਣਾ ਉਸ ਲੜਕੀ ਦਾ, ਉਹ ਵੀ ਸਾਡੀ ਛੋਟੀ ਭੈਣ ਬੋਲ ਰਹੀ ਸੀ ਪਰਸੋਂ ਚੌਥੇ ਕਿ ਮੈਂ